ਅੱਜ ਜਾਣ ਦੀਆਂ ਗੱਲਾਂ ਕਰਦਾ ਬੈਠੇ ਹਾਂ ਕੋਚਾ ਖਾਣਾ ਨਾ ਕੋਚਾ ਖਾ ਕੇ ਮਿਲਦੇ ਹਾਂ ਘਰੇ ਦੁਆ ਵੀਡੀਓ ਦੀ ਕਰਾਂਗੇ ਸਟਾਰਟਿੰਗ ਵੈਲਕਮ ਟੂ ਅਨਦਰ ਬਲੌਗ ਹਾਂਜੀ ਨਮਸਕਾਰ ਵੈਲਕਮ ਸਲਾਮ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੁੰਦੇ ਆਪਣੇ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਅਤੇ ਤੁਹਾਨੂੰ ਪਤਾ ਹੋਊਗਾ ਨਾ ਅਤੇ ਆਪਣਾ ਭੂਆ ਦਾ ਛੋਰਾ ਚੱਲਿਆ ਵਾਪਸ ਪਿੰਡ ਨੂੰ ਅਤੇ ਛੱਡ ਕੇ ਆਉਣੇ ਉਹਨੂੰ ਤਿਆਰੀ ਕਰੀ ਜਾਂਦਾ ਇਸ ਵਕਤ ਅਤੇ ਸਟਾਰਟਿੰਗ 'ਚ ਕਲਿਪਸ ਦੇਖੀਆਂ ਹੋਣਗੀਆਂ ਅਤੇ ਗੰਡੇ ਗੁੰਡੇ ਲੈਣ ਗਏ ਸੀਗੇ ਕੁਲਚੇ ਖੁਲਚੇ ਖਾ ਕੇ ਆਏ ਨਾਲੇ ਟਾਈਮ ਹੋਣ ਵਾਲਾ ਓਏ ਥੋੜ੍ਹੀ ਟਾਈਮ ਰਹਿ ਗਿਆ ਉੱਧਰ ਦੇਖ 10 ਮਿੰਟ ਰਹਿ ਗਏ ਜਲਦੀ ਕਰ ਯਾਰ ਵਾਲ ਵਾਲਾ ਨਾ ਤੂੰ ਉਹਦਾ ਖੜਾ ਬੈਠ ਕੌਣ ਕੌਣ ਖੜਾ ਕਮੈਂਟ ਕਰਕੇ ਕੁਝ ਹੁੰਦਾ ਤਾਂ ਸਾਨੂੰ ਦੱਸਿਆ ਕਰੋ ਜਰੂਰ ਅਸੀਂ ਠੀਕ ਕਰਿਆ ਕਰਾਂਗੇ ਬਾਈ ਓਕੇ ਬਾਈ ਧੰਨਵਾਦ ਸਮਾਨ ਮੁੰਡੇ ਬਹੁਤ ਤਕੜਾ ਸਮਾਨ ਨੇ ਹਨਾ ਸੈੱਟ ਕਰਾ ਲਿਆ ਜਾ ਕੇ ਨਾਈ ਦੇ ਬਾਲ ਸੋਹਣਾ ਲੱਗਣਾ ਜੀ ਪਿੰਡ ਜਾਣਾ ਕਿ ਬਰਾਤ ਜਾਣਾ ਓਏ ਤੂੰ ਉੱਥੇ ਬਰਾਤ ਜਾਣਾ ਪਹਿਲਾਂ ਕੋਈ ਕਿਤੇ ਮੈਂ ਕਾਲ ਜੀ ਆ ਕੇ ਮੰਨ ਅੱਛਾ ਅੱਛਾ ਪੁਰਾਣੀ ਜਿੱਦਾਂ ਬਾਏ ਬਾਏ ਕਹਿਣ ਦਾ ਟਾਈਮ ਆ ਗਿਆ ਹੁਣ ਚੱਲਦੇ ਹਾਂ ਛੱਡਦੇ ਹਾਂ ਉਹਨੂੰ ਚੜਾ ਕੇ ਆਉਣੇ ਆ ਘੋੜੇ ਤੇ ਸੱਸ ਮੱਥੇ ਪੈਰੀ ਹੱਥ ਲਾਉਂਦਾ ਹੈਗਾ ਸੰਸਕਾਰੀ ਬੱਚੇ ਹਨਾ ਭੂਆ ਦਾ ਛੋਰਾ ਸੰਸਕਾਰੀ ਹੈ ਉਹਨੂੰ ਛੱਡਿਆ ਮੁੰਡੇ ਨੂੰ ਹਨਾ ਤੇ ਮਗਰ ਦੇਖੋ ਕੁੱਤਾ ਲਈ ਆਉਂਦਾ ਦਾਦਾ ਪਿੰਡੋਂ ਕੁੱਤਾ ਲਿਆਂਦਾ ਗਾ ਤੁਹਾਨੂੰ ਪਤਾ ਖੇਤਾਂ 'ਚ ਕੁੱਤਾ ਯਾਰ ਚਾਹੀਦਾ ਗਾ ਅਤੇ ਅਜੇ ਬਾਈਕ 'ਤੇ ਜਾ ਹੀ ਰਿਹਾ ਮੈਂ ਉਹਨੂੰ ਕੁੱਤਾ ਦਿਖਾਉਣਾ ਮਗਰ ਘਰ ਜਾ ਕੇ ਦਿਖਾ ਦੂੰ ਯਾਰ ਇੱਥੋਂ ਤਾਂ ਯਾਰ ਕੀ ਖੜਨਾ ਮੋਟਰਸਾਈਕਲ ਪਹਿਲੇ ਗੇਅਰ 'ਚ ਜਾ ਰਿਹਾ ਕੁੱਤਾ ਘਰ ਜਾ ਕੇ ਦਿਖਾਉਣ ਦੂਜੇ ਗੇਅਰ 'ਚ ਪਾ ਲਿਆ ਦੇਖਾਂਗੇ ਤੁਰੂਗਾ ਕਹਿਣਾ ਤਰਪਿਆ 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 ਤੁਹਾਨੂੰ ਦੂਜੇ ਕੈਮਰੇ 'ਚ ਦਿਖਾਊਂ ਮੈਂ ਜਾ ਕੇ ਘਰੇ ਠੀਕ ਆ ਫਿਰ ਐਂ ਪਤਾ ਲੱਗਦਾ ਆਉਂਦਾ ਹਨਾ ਇੱਧਰ ਹੌਲੀ ਹੌਲੀ ਪਾਣੀ ਵਾਟਰ ਚਮਕ ਮੁੰਡਾ ਦੇਖੋ ਕਿੰਨਾ ਕਿੱਦਾਂ ਵਧੀਆ ਰਿਹਾ ਨਾ ਚਮਕ ਜੇ ਪਾਣੀ ਡਿੱਗ ਗਿਆ ਮੋਬਾਈਲ 'ਚ ਹੋਰ ਨਹੀਂ ਕਦੇ ਕੰਮ ਹੋ ਜੀ ਦੇਖੋ ਮੁੰਡੇ ਪਾਣੀ ਬਹੁਤ ਦੂਰ ਆਉਂਦਾ ਕ੍ਰੋਸ ਹੋ ਕੇ ਵਿੱਚ ਦੀ ਜਾ ਰਿਹਾ ਇਹਦੇ ਕਣਕ ਕਣਕ 'ਚ ਪੂਰਾ ਧੁੱਪ ਦਾ ਪੂਰਾ ਵਧੀਆ ਮਾਹੌਲ ਹੈ ਇੱਥੋਂ ਦੀ ਐਂ ਜਾਊਗਾ ਆਹ ਸਰੋਂ ਦਾ ਵੀ ਕੰਮ ਕਰੀਏ ਹੈ ਨਾ ਰਮਾ ਰਮਾਈਏ ਸਰੋਂ ਨੂੰ ਵੀ ਆਹ ਦੇਖੋ ਮੇਰਾ ਪਰਛਾਵਾਂ ਦੇਖ ਰਿਹਾ ਨਾ ਹੱਥ ਨਾਲ ਸ਼ੂਟ ਕਰ ਰਿਹਾ ਮੈਂ ਜਰ ਕਰੂੰ ਯਾਰ ਕਿੱਥੋਂ ਜੇਬ 'ਚ ਹੀ ਪਾ ਲੈਣਾ ਦਬਾ ਦਬਾ ਕੱਢ ਕੇ ਫੋਨ ਤਾਂ ਮੈਂ ਆਹ ਨੱਕਾ ਪਹਿਲਾਂ ਬੰਦ ਕਰਤਾ ਇੱਥੋਂ ਚੱਲੂ ਇੱਧਰ ਨੂੰ ਐਂ ਓ ਜੀ ਉਹ ਪਰਲੀ ਪਰਲੀ ਮੋਟਰ ਚਲਾ ਗਿਆ ਹੁਣ ਉਹ ਠੀਕ ਹੈ ਨਾ ਉਹ ਅਤੇ ਉਹ ਦੇ ਉੱਧਰ ਨੱਕਾ ਵੱਢਣ ਲੱਗ ਗਿਆ ਉਹ ਪਰਾਲੇ ਵਾਹਨ 'ਚ ਉਹ ਜਿਹੜਾ ਉਹਨਾਂ ਸਿਖਰ ਵਾਹਨ ਆ ਨਾ ਉਹਦੇ ਨੱਕਾ ਵੱਢਣ ਲੱਗ ਗਿਆ ਹੁਣ ਆਪਣੀ ਡਿਊਟੀ ਤਾਂ ਸਾਰੇ ਪਾਸੇ ਹੁੰਦੀ ਹੈਗੀ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌ ਜਾਂਦਾ ਰਾਤਾਂ ਨੂੰ ਖੁੱਲੀ ਹੋਈ ਪੁਸਤਕ ਵਰ ਕੇ ਰੱਖਦੇ ਨਾਰਾਜ ਕੁੜੇ ਟੱਪ ਜਾਂਦੀ ਕੋਠੇ ਸਾਡੇ ਹੱਥਿਆਂ ਦੀ ਉਹ ਦਿਖਾਇਆ ਸੀ ਨਾ ਕੁੱਤਾ ਸੀਗਾ ਦੇਖੋ ਹੈਲੋ ਦੇਖੋ ਮੁੰਡੇ ਕਿਵੇਂ ਲੱਗਿਆ ਸਾਰਾ ਉਦਾਸ ਦੇ ਉਦਾਸ ਜਾ ਹੁੰਦਾ ਹੋਣਾ ਨਾ ਭੜਕਦਾ ਫਿਰਦੇ ਹਾਂਗੇ ਅੱਗੇ ਉਦੋਂ 3-4 ਦਿਨਾਂ ਦਾ ਜੀਜਾ ਲੱਗਿਆ ਹੋਇਆ ਸੀਗਾ ਨਾ ਫੁੱਲ ਮਸਤੀ ਕਰਦੇ ਸੀਗੇ ਕਦੇ ਕੁਛ ਕਰ ਲਿਆ ਠੀਕ ਆ ਕਿ ਨੱਚਣ ਲੱਗ ਗਏ ਕਦੇ ਟੱਪਣ ਲੱਗ ਗਏ ਹੁਣ ਯਾਰ ਇਕੱਲੇ ਜੇ ਰਹਿ ਗਏ ਠੀਕ ਆ ਅਤੇ ਆਏ ਤਾਂ ਹੈਗੇ ਨੇ ਮਤਲਬ ਫਿਰ ਵੀ ਫਰਕ ਤਾਂ ਪੈਂਦੇ ਆ ਨਾ ਜਿਵੇਂ ਕੋਈ ਕੋਈ ਲਗਾਤਾਰ 3-4 ਦਿਨ ਆਪਣੇ ਨਾਲ ਕੋਈ ਰਹੇ ਹੈ ਨਾ ਆਪਾਂ ਮੌਜ ਕਰੀਏ ਮਸਤੀ ਕਰੀਏ ਜਦੋਂ ਫਿਰ ਵਗ ਜੇ ਥੋੜ੍ਹਾ ਜਿਹਾ ਅਕੇਲਾਪਣ ਤਾਂ ਮਹਿਸੂਸ ਹੁੰਦਾ ਹੀ ਆ ਉਦੋਂ ਮੈਨੂੰ ਹੋ ਰਿਹਾ ਜੇ ਮੈਂ ਜਦੋਂ ਨੂੰ ਮੈਂ ਛੱਡਣੀ ਆ ਹੈ ਨਾ ਪਿੰਡ ਬੱਸ ਚੜ੍ਹਾਉਣ ਗਿਆ ਗਾ ਜੇ ਉਦੋਂ ਸ਼ੂਟ ਕਰਦਾ ਤੁਸੀਂ ਬਾਹਲੇ ਸਵਾਦ ਲੈਂਦੇ ਬਾਹਲਾ ਸਰਾ ਸਟੋਰੀ ਹੋਈ ਉੱਧਰੋਂ ਬੱਸ ਸਾਡੇ ਮੂਹਰੇ ਅਸੀਂ ਪਿੱਛੇ
ਜਮੀ ਬੱਸ ਨੇ ਉਧਰੋਂ ਬ੍ਰੇਕ ਮਾਰਿਆ ਉਧਰੋਂ ਅਸੀਂ ਆ ਗਏ ਜਮੀ ਕੋਲੇ ਬੱਸ ਲੰਘਣ ਵਾਲੀ ਸੀ ਬਸ ਜੇ ਮੋਟਰਸਾਈਕਲ ਮੇਰੇ ਸਾਹਮਣੇ ਬੜਾ ਜ਼ਿਆਦਾ ਡੱਕਰਿਆ ਪਾ ਸੀ ਇੰਨੀ ਇਹ ਜੀ ਫਾਰਮ ਕੋਲੋਂ ਦੇਖ ਰਹੀ ਸੀ ਬਸ ਸੜਕ 'ਤੇ ਵੀ ਲੰਘੂ ਬੱਸ ਹੈ ਨਾ ਅਤੇ ਟੱਕਰ ਕੇ ਦੱਬਿਆ ਫਿਰ ਮੋਟਰਸਾਈਕਲ ਫਿਰ ਬੱਸ ਮਿਲੀ ਉਹਨੂੰ ਅਤੇ ਹੁਣ ਚਾਹ ਪਾਣੀ ਪੀ ਲਿਆ ਅਤੇ ਯਾਰ ਧੁੱਪ ਬਹੁਤ ਸੋਹਣੀ ਹੈਗੀ ਧੁੱਪ ਤਾਂ ਹੁਣ ਪੂਰੀ ਵਧੀਆ ਨਿਕਲਣ ਲੱਗ ਗਈ ਲਾਈਟ ਵੀ ਚਲੀ ਗਈ ਹੁਣ ਤਾਂ ਪਹਿਲਾਂ ਮੈਂ ਦੇਖਣ ਆਇਆ ਸੀਗਾ ਮੈਂ ਚੱਲ ਪਾਣੀ ਦੇਖ ਲਈਏ ਲੇਕਿਨ ਲਾਈਟ ਤੋਂ ਪਹਿਲੀ ਬਾਕੀ ਹੁਣ ਸੈਟਅਪ ਚੱਕਿਆ ਹੈ ਨਾ ਅੱਜ ਤੂੰ ਜਦੋਂ ਦਾ ਵਲੋਗ ਸਟਾਰਟ ਕੀਤਾ ਹੋਇਆ ਗਾ ਮੈਂ ਸੈਟਅਪ ਨਹੀਂ ਸੀ ਚੱਕਿਆ ਆਹ ਪਹਿਲੀ ਸ਼ੂਟ ਹੈਗਾ ਜਿਹੜਾ ਮੈਂ ਪੂਰੇ ਸੈਟਅਪ ਨਾਲ ਕਰ ਰਿਹਾ ਗਾ ਅਤੇ ਊਂ ਤਾਂ ਕੱਢਿਆ ਮੋਬਾਈਲ ਬਸ ਹੈ ਨਾ ਕਰਨ ਲੱਗ ਗਿਆ ਸ਼ੂਟਿੰਗ ਊਂ ਐਂ ਥੋੜ੍ਹਾ ਜਿਹਾ ਭਾਰੀ ਹੋ ਜਾਂਦਾ ਇਹ ਜਿੱਦਾਂ ਜਦੋਂ ਇੱਕਦਮ ਜੀ ਸ਼ੂਟਿੰਗ ਕਰਦੇ ਰਹਿੰਦੇ ਇੱਕ ਦੋ ਮਿੰਟ ਜੀ ਕਰਦੇ ਰਹਿੰਦੇ ਫਿਰ ਬਾਹਾਂ ਉਹ ਲੱਗਦੇ ਫਿਰ ਤਾਂ ਹੀ ਮੈਂ ਬਾਹਾਂ ਚੇਂਜ ਕਰਦਾ ਹੁੰਦਾ ਕਿ ਧੁੱਪ ਵਾਲੀ ਰੱਖਾਂ ਜਾਂ 'ਚ ਪੈਂਦੀ ਹੈਗੀ ਹੈ ਨਾ ਦੂਜੇ ਪਾਸੇ ਇੱਧਰ ਮੁੰਡੇ ਦੇਖੋ ਖੜਦੇ ਦੇਖੋ ਮੁੰਡੇ ਗਹਾਰਾ ਪੱਟਿਆ ਸੀ ਹਨਾ ਤੇ ਗਹਾਰੇ ਦੇ ਵਿੱਚੋਂ ਆਹਾ ਨਿਕਲਿਆ ਹੈਗਾ ਮੱਖੀਆਂ ਸੀਗੀਆਂ ਖਾਸੀਆਂ ਤੇ ਹੋਰ ਵੀ ਖਾਸਾ ਪਿਆ ਹਨਾ ਜਦੋਂ ਦਬਦੀਆਂ ਚਾਹੁੰਦਾ ਹੈਗਾ ਵਿੱਚੋਂ ਅੱਜ ਤਾਂ ਯਾਰ ਗਹਾਰੇ 'ਚ ਪਿਆ ਨਾ ਅਸੀਂ ਤਾਂ ਖਾਂਦੇ ਖੁੰਦੇ ਜੇ ਖਾਣੂਗੇ ਅਸੀਂ ਛੱਡਤਾ ਇਸ ਤਾਂ ਕਾਫੀ ਜ਼ਿਆਦਾ ਨਿਕਲਿਆ ਸੀਗਾ ਜੇ ਪੂਰਾ ਉਹ ਕਰਨ ਹੋਵੇ ਨਾ ਗਲਾਸ ਡੇਢ ਗਲਾਸ ਹੋ ਜੂਗਾ ਇੱਧਰ ਹੈ ਨਾ ਆਪਣੇ ਘਰ ਫਿਰਦੇ ਹਾਂਗੇ ਅਤੇ ਟਾਈਮ ਦੇ ਵੀ ਤਕਰੀਬਨ 4:30 ਹੋ ਰਹੇ ਨੇ ਅਤੇ ਦੱਸਣਾ ਸੀਗਾ ਨਾ ਭੂਆ ਰਸੋਲਾ ਸੀਗਾ ਜਿਹੜਾ ਤਾਂ ਪਹੁੰਚ ਗਿਆ ਘਰ ਅਤੇ ਯਾਰ ਇੱਕ ਮੈਂ ਤੁਹਾਨੂੰ ਦੱਸਿਆ ਦੋ ਤਿੰਨ ਵਲੋਗ ਪਹਿਲਾਂ ਦੱਸਿਆ ਸੀ ਨਾ ਵੀ ਘਰ ਪਾਉਣ ਦੀ ਸਲਾਹ ਸੀਗੀ ਅਤੇ ਉਹਨਾਂ ਨਕਸ਼ੇ ਬਾਰੇ ਦੇਖੀ ਜਾਂਦਾ ਵੀ ਮੂਹਰਲੇ ਡਿਜ਼ਾਇਨ ਦਾ ਫਰੰਟ ਮਿਲ ਜੇ ਲੇਕਿਨ ਨੈੱਟ ਤੋਂ ਤਾਂ ਲੱਭਣਾ ਮੁਸ਼ਕਿਲ ਆ ਨੈੱਟ 'ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਆ ਹੁਣ ਕਰਦੇ ਹਾਂ ਚਲੋ ਕੋਸ਼ਿਸ਼ ਕਿਹੜਾ ਮਾੜੀ ਜਿਹੀ ਕੀਤੀ ਸੀ ਲੇਕਿਨ ਉਵੇਂ ਤਾਂ ਮਿਲਿਆ ਨਹੀਂ ਜਿੱਦਾਂ ਤੱਕ ਚਾਹੀਦਾ ਗਾ ਅਤੇ ਕੁੱਲਾ ਵੀ 3,000-4,000 ਰੁਪਇਆ ਦੂਜਾ ਭਾਲੂਗਾ ਹੈ ਨਾ ਦੂਜਾ ਨਕਸ਼ੇ ਵਾਲਾ ਜੇ ਕਿਸੇ ਤੋਂ 3D ਬਣਾਉਣਾ ਕੰਪਿਊਟਰ ਤੋਂ ਆਪਦੇ ਹਿਸਾਬ ਨਾਲ ਮੈਂ ਚੱਲ ਨੈੱਟ 'ਤੇ ਕੱਢ ਲਿਆ ਨੈੱਟ 'ਤੇ ਬਹੁਤ ਸਾਰੇ ਹੁੰਦੇ ਹੈਗੇ ਅਤੇ ਯਾਰ ਚੇਅਰ ਵੀ ਦੇਖ ਕੇ ਆਉਣੀ ਆ ਚੇਅਰ ਮੈਂ ਕਰਤੀ ਸੀਗੀ ਹੈ ਨਾ ਵੀ ਭੇਜ ਦਿਉ ਉਦੋਂ ਬਾਅਦ ਉਹਨਾਂ ਦਾ ਦੁਬਾਰੇ ਫੋਨ ਆ ਗਿਆ ਉਹ ਕਹਿੰਦੇ ਵੀ ਨਵਾਂ ਸਟੋਕ ਆ ਗਿਆ ਹੈ ਨਾ ਚੇਅਰਾਂ ਦਾ ਵੀ ਜੇ ਤੁਸੀਂ ਹੋਰ ਚੇਅਰ ਦੇਖਣੀ ਆ 5,000-6,000 ਤੱਕ ਚੇਅਰਾਂ ਆ ਗਈਆਂ ਵੀ ਜੇ ਹੋਰ ਦੇਖਣੀਆਂ ਚੇਅਰਾਂ ਨਾ ਤੁਸੀਂ ਆ ਕੇ ਦੇਖ ਜਾਓ ਤੁਸੀਂ ਉਹ ਚੇਅਰਾਂ ਭੇਜ ਦਾਂਗੇ ਮੈਂ ਚੱਲ ਠੀਕ ਆ ਯਾਰ ਮੈਂ ਇੱਕ ਦੋ ਦਿਨ ਫਿਰ ਮੈਂ ਚੱਲ ਚੇਅਰ ਖਾਤਰ ਖੜ ਜਾਣੇ ਆ ਜਦੀ ਨਵੀਂ ਪਸੰਦ ਆਈ ਉਹ ਚੱਕ ਲਿਆਵਾਂਗੇ ਵਧੀਆ ਚੇਅਰਾਂ ਆ ਗਈਆਂ ਕਹਿੰਦਾ ਹੁਣ ਹੈ ਨਾ ਵਾਲਾਂ ਦਾ ਪਤਾ ਨਹੀਂ ਕੀ ਨਿਕਲਿਆ ਪਿਆ ਯਾਰ ਤਾਂ ਮਸਲ ਦੇ ਫੜਕੇ ਤਾਂ ਹੀ ਲੁੱਟ ਆਉਂਦੇ ਨੇ ਤਾਂ ਤੁਹਾਨੂੰ ਮੈਂ ਦੱਸਣਾ ਸੀ ਨਾ ਵੀ ਆਪਣਾ ਜਿਹੜਾ ਚੈਨਲ ਦਾ ਲੋਕ ਆ ਯਾਰ ਉਹਦਾ ਹਜੇ ਅਨਲੋਕ ਹੋਇਆ ਨਹੀਂ ਗਾ ਅਤੇ ਇੱਕ ਗੱਲ ਹੋਰ ਕਹਿਣੀ ਸੀ ਯਾਰ ਨਾ ਘਰ ਦੀ ਜਲਦ ਸਟਾਰਟਿੰਗ ਕਰ ਰਿਹਾ ਹੈ ਨਾ ਨਵਾਂ ਜਿਹੜਾ ਮੂਹਰੇ ਪੋਰਚ ਅਤੇ ਥੱਲੋਂ ਸਟਾਰਟਿੰਗ ਕਰਨੀ ਪਊ ਪਹਿਲਾਂ ਪਾਉਣ ਦੀ ਅਤੇ ਥੱਲੋਂ ਸਟਾਰਟਿੰਗ ਕਰਾਂਗੇ 10-15 ਦਿਨਾਂ ਥਾਂ ਹੀ ਕਰ ਦਾਂਗੇ ਸਟਾਰਟਿੰਗ ਅਤੇ ਇਸ ਵਕਤ ਆਪਣੇ ਕਮਰੇ 'ਚ ਹੀ ਹਾਂ ਅਤੇ ਯਾਰ ਜੀਜਾ ਨਹੀਂ ਲੱਗਦਾ ਉਸ ਕਾਰਨ ਨੂੰ ਜੀ ਨਹੀਂ ਕਰਦਾ ਬਾਹਲੀ ਸ਼ੂਟਿੰਗ ਜਿੱਦਣੇ ਜ਼ਿਆਦਾ ਹੋਈ ਨਹੀਂ ਹੈਗੀ ਜਿੰਨੀ ਕੁ ਹੋਈ ਆ ਠੀਕ ਜੀ ਹੋਈ ਹੈਗੀ ਹੈ ਨਾ ਗੁੱਡ ਮਾਰਨਿੰਗ ਸਾਰਿਆਂ ਨੂੰ ਹੈ ਨਾ ਕੁੱਤੇ ਨੂੰ ਪਤਾ ਨਹੀਂ ਤਰਕੇ ਕੀ ਹੋ ਗਿਆ ਚੁੱਕਣੇ ਨਹੀਂ ਹਟਦਾ ਦੇਖੋ ਹੈਲੋ ਪਤਾ ਨਹੀਂ ਮੁੰਡੇ ਕੀ ਕਹਿੰਦਾ ਹੈ ਨਾ ਇਹ ਤੜਕੇ ਯਾਰ ਵਾਲ ਵੂਲ ਤਾਂ ਕੁਛ ਸੈੱਟ ਕੀਤੇ ਨਹੀਂ ਨਿਕਲ ਪਏ ਬਸ ਧੁੱਪਾ ਤਾਂ ਕੋਈ ਆਈਡੀਆ ਹੈ ਨਹੀਂ ਗਾ ਕਿੱਦਾਂ ਆਊਗੀ ਜਦੋਂ ਆਊਗੀ ਦੇਖੀ ਜਾਊਗੀ ਪਤਾ ਨਾ ਧੋ ਕੇ ਰੇਲੀ ਰੂਲੀ ਦੇਖਦੇ ਹਾਂ ਪਿੰਡ 'ਚ ਜਾ ਕੇ ਨਾ ਮੰਡੀ 'ਚ ਬਹੁਤ ਇਕੱਠ ਹੈਗਾ ਚੱਲਾਂਗੇ ਪਹਿਲਾਂ ਉੱਥੇ ਘੰਟੇ ਕੁ ਨੂੰ ਚੱਲਾਂਗੇ ਸੁਬਾਹ ਲਾਈਟ ਆਈ ਪਈ ਆ ਯਾਰ ਕੱਲ੍ਹ ਵੀ ਆਈ ਹੋਈ ਸੀ ਹੈ ਨਾ ਕੱਲ੍ਹ ਵੀ ਦਿਖਾਈ ਸੀ ਉਹਨੂੰ ਮੈਂ ਅੱਜ ਫਿਰ ਤੜਕੇ ਆਈ ਪਈ ਆ 7 ਮੋਟਰਾਂ ਚੱਲੀਆਂ ਹੁੰਦੀਆਂ ਨੇ ਅੱਜ ਨਹਾਉਣ ਦਾ ਯਾਰ ਹੈ ਨਾ ਰੋਜ਼ ਫਾਇਦਾ ਬਹੁਤ ਹੁੰਦਾ ਵਾਲ ਵੂਲ ਜੇ ਵਾਲੇ ਸੈੱਟ ਹੋ ਜਾਂਦੇ ਜਿਵੇਂ ਹੁਣ ਵੀਡੀਓ ਸ਼ੂਟ ਕਰਨੀ ਆ ਵਾਲ ਵੂਲ ਜੇ ਵਧੀਆ ਸੈੱਟ ਹੋ ਜਾਂਦੇ ਨੇ ਆਹ ਵਾਲ ਮੈਂ ਇੱਧਰਲੇ ਫੇਰ ਡਿੱਗ ਪਈ ਇੱਧਰ ਨੂੰ ਚਲੋ ਇਹ ਤਾਂ ਚਲੋ ਹੋ ਜਾਣਗੇ ਸੈੱਟ ਹੈ ਨਾ ਵਾਲੇ ਵੀ ਨਹੀਂ ਵਾਲਾ ਕਿੰਨੀ ਝਾਕੀ ਜਿਹਦਾ ਹੁੰਦਾ ਖਰਾਬ ਹੋ ਗਿਆ ਐਂ ਹੋ ਗਿਆ ਐਂ ਹੋ ਗਿਆ
ਇਹ ਤਾਂ ਹੁਣ ਜਦੋਂ ਤੁਰਦੇ ਫਿਰਦਿਆਂ ਤਾਂ ਹੋਣਗੇ ਹੀ। ਜੇ ਤਾਂ ਇੱਕ ਥਾਵੇਂ ਯਾਰ ਕੁਰਸੀ 'ਤੇ ਬੈਠਣਾ ਹੋਵੇ ਫਿਰ ਤਾਂ ਵਾਰੀ ਵਾਰੀ ਵਾਲ ਵੀ ਠੀਕ ਕਰੀਏ, ਤੁਰਨਾ ਫਿਰਨਾ ਵੱਟਾਂ ਵਾਲੇ ਡਿੱਗਣਾ, ਇੱਧਰ ਹੋ ਗਿਆ ਇੱਧਰ ਹੋ ਗਿਆ, 25 ਥਾਵੇਂ ਤਾਂ ਜੇ ਪਤਲੀ ਬੜ 'ਤੇ ਚੜ੍ਹ ਕੇ ਮੈਂ ਇਹਨਾਂ ਤਿਲਕਦੇ ਆ ਹੁੰਦੇ। ਵਾਲ ਵੂਲ ਤਾਂ ਕੋਈ ਨਹੀਂ, ਹੁਣ ਥੱਲੇ ਕਰ ਲਿਆ, ਸਿਰ ਤਾਂ ਕਰ ਲਿਆ, ਇੱਧਰ ਕਰ ਲਿਆ, ਇੱਧਰ ਕਰ ਲਿਆ, ਵਾਲ ਕਿੱਥੇ ਖੜਨਗੇ? ਜੇ ਤਾਂ ਫਿਰ ਵਾਲ ਖੜਾਉਣੇ ਆ ਨਾ, ਸਿੱਧਾ ਬਸ ਐਂ ਦੇਖੀ ਧਿਆਨ ਨਾਲ ਸਿੱਧਾ ਹੀ ਫਿਰ ਰੱਖਣਾ ਪਊਗਾ, ਅਤੇ ਦੇਖਣਾ ਕਿਸੇ ਦੇਖੀ ਐਂ ਮਾੜੀ ਅੱਖ ਟੇਢੀ ਕਰਨੀ ਪੈਂਦੀ ਹੁੰਦੀ ਹੈਗੀ। ਹੈ ਨਾ ਤੜਕੇਰੀ ਚੱਲੀ ਜਾਂਦੀ ਹੈਗੀ 2 ਵਜਣ ਵਾਲੇ ਆ ਦਿਨ ਦੇ, ਹੈ ਨਾ, ਅਤੇ ਧੁੱਪ ਬਹੁਤ ਸੋਹਣੀ ਆ, ਲੇਕਿਨ ਹਵਾ ਵੀ ਬਹੁਤ ਡੇਂਜਰ ਆ, ਇੰਨੀ ਹੈ ਨਹੀਂ, ਮਤਲਬ ਨਾ ਕਿ ਇੰਨੀ ਠੰਡ ਜੀ ਲੱਗਦੀ ਨਹੀਂ, ਪਹਿਲਾਂ ਪਹਿਲਾਂ ਹੀ ਠੰਡ ਬਹੁਤ ਜ਼ਿਆਦਾ ਲੱਗਦੀ ਹੁੰਦੀ ਆ, ਹੁਣ ਤਾਂ ਜੈਕਟ ਖੁੱਲ੍ਹੀ ਛੱਡ ਲੈਂਦੇ, ਪਹਿਲਾਂ ਤਾਂ ਜੈਕਟ ਨਹੀਂ ਖੁੱਲ੍ਹੀ ਹੁੰਦੀ, ਅਤੇ ਮੋਟਰਾਂ ਚੱਲੀ ਜਾਂਦੀਆਂ ਨੇ ਤਿੰਨ, ਤੜਕੇ ਨਹੀਂ ਚੱਲੀ ਜਾਂਦੀਆਂ, ਅਤੇ ਕੱਲ੍ਹ ਵੀ ਲਾਈਟ ਵਾਹਵਾ ਚਿਰ ਆ ਗਈ ਸੀ, ਹੈ ਨਾ, ਅਤੇ ਕੁੱਤੇ ਦਾ ਜਾਂ ਤੜਕੇ ਕਿਉਂ ਚੁੱਕਦਾ ਸੀਗਾ, ਕਿਉਂਕਿ ਉਹਨੇ ਬਾਹਰ ਜਾਣਾ ਸੀਗਾ, ਗੇੜਾ ਕੱਢ ਕੇ ਆਉਣਾ ਸੀਗਾ, ਤਾਂ ਕਰਕੇ ਗੇੜਾ ਕਢਾ ਲਿਆ, ਤਾਂ ਦੂਰੇ ਕੁੱਤਾ ਚੁੱਪ ਹੋ ਕੇ ਬਹਿ ਗਿਆ ਸੀਗਾ। ਮੌਸਮ ਕਹਿੰਦੇ ਆ ਨਾ ਕਿਨੂੰ, ਜਮਾਂ ਪਿਓਰ ਨਹੀਂ ਤਾਂ ਮੈਨੂੰ ਐਂ ਤਾਂ ਪਤਾ ਨਹੀਂ ਪਿਓਰ ਆ ਕਿੰਨਾ, ਹੈ ਨਾ, ਜਿਵੇਂ ਹੈਗਾ ਠੀਕ ਆ, ਇੱਧਰਲਾ ਪਾਸਾ ਯਾਰ ਵਿਊ ਜਿਹਾ ਸੈੱਟ ਆ ਰਹਿਣਾ, ਧੁੱਪ ਹਲਕੀ ਹਲਕੀ ਜਿਹੀ ਆ, ਧੁੱਪ ਤੁਸੀਂ ਦੇਖ ਸਕਦੇ ਹੋ ਹੈ ਨਾ, ਸੂਰਜ ਉਹ ਸੀ, ਹਲਕੀ ਹਲਕੀ ਜਿਹੀ ਧੁੱਪ ਆ ਗਈ, ਠੀਕ ਕੰਡੀਸ਼ਨ ਆ, ਪਾਣੀ ਦੇਖੋ ਭਾਵੇਂ ਇੰਨਾ ਹਿਸਾਬ ਲੱਗਦਾ ਗਾ ਜਿਵੇਂ ਫਿਲਟਰ ਹੋ ਕੇ ਜਾ ਰਿਹਾ, ਇੱਥੋਂ ਹੀ ਥੋੜ੍ਹਾ ਜਿਹਾ ਜਲਬੀ ਆ ਰਹੀ ਆ, ਲੇਕਿਨ ਪਿੱਛੋਂ ਜਮਾਂ ਪਾਣੀ ਸੈੱਟ ਆਉਂਦਾ। ਵੀਡੀਓ ਦੀ ਐਂਡ ਕਰਨ 'ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ, ਅਤੇ ਚਲੋ ਫਿਰ ਵੀਡੀਓ ਦੀ ਅੱਜ ਹੀ ਕਰਦੇ ਹਾਂ, ਅੱਜ ਵੀਡੀਓ ਚੰਗੀ ਲੱਗੀ ਹੋਈ ਚੈਨਲ ਨੂੰ ਕਰਦੇ ਸਬਸਕ੍ਰਾਈਬ, ਅਤੇ ਵੀਡੀਓ ਕਰਨ ਲਾਈਕ, ਅਤੇ ਮਿਲਦੇ ਚਲੋ ਅਗਲੇ ਨਵੇਂ ਹੋਰ ਨਵੀਂ ਵਲੋਗ ਦੇ ਵਿੱਚ।